ਕਹਿੰਦੇ ਨੇ ਇਸ਼ਕ ਅੰਨਾ ਹੁੰਦਾ, ਪਰ ਹੁਣ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਇਸ਼ਕ ਵਿੱਚ ਅੰਨੀ ਹੋਈ ਇੱਕ ਮਹਿਲਾ ਦੇ ਵੱਲੋਂ ਆਪਣੇ ਪ੍ਰੇਮੀ ਅਤੇ ਉਸਦੇ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਪਤੀ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਅਗਵਾ ਕੀਤਾ ਗਿਆ, ਪਰ ਹੁਣ ਦੋਸ਼ੀ ਮਹਿਲਾ ਪੁਲਿਸ ਦੇ ਅੜਿੱਕੇ ਚੜ ਗਈ ਹੈ ਅਤੇ ਮਹਿਲਾ ਨੇ ਕਬੂਲਿਆ ਕਿ ਉਸਦਾ ਪਤੀ ਉਸਦੇ ਪ੍ਰੇਮ ਪ੍ਰਸੰਗਾਂ ਦੇ ਵਿੱਚ ਰੋੜਾ ਬਣ ਰਿਹਾ ਸੀ, ਜਿਸ ਕਾਰਨ ਉਸਨੇ ਇਹ ਪਲਾਨ ਆਪਣੇ ਪ੍ਰੇਮੀ ਅਤੇ ਉਸਦੇ ਸਾਥੀਆਂ ਨਾਲ ਮਿਲ ਕੇ ਬਣਾਇਆ ਅਤੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਅਗਵਾ ਕਰਵਾਇਆ, ਜਿਸ ਤੋਂ ਬਾਅਦ ਉਸਨੂੰ ਜਾਨੋਂ ਮਾਰਨ ਦਾ ਪਲਾਨ ਸੀ ਅਤੇ ਜਿਵੇਂ ਹੀ ਇਸ ਸੰਬੰਧੀ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਪੁਲਿਸ ਵੱਲੋਂ ਤੁਰੰਤ ਹਰਕਤ ਦੇ ਵਿੱਚ ਆਉਂਦਿਆਂ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁਲਿਸ ਦੀ ਪੁੱਛਗਿੱਛ ਦੌਰਾਨ ਔਰਤ ਨੇ ਆਪਣਾ ਗੁਨਾਹ ਵੀ ਕਬੂਲਿਆ, ਪਰ ਪੁਲਿਸ ਨੂੰ ਹਾਲੇ ਤੱਕ ਨਾ ਤਾਂ ਉਸ ਵਿਅਕਤੀ ਦਾ ਪਤਾ ਲੱਗਿਆ ਜਿਸ ਨੂੰ ਅਗਵਾ ਕੀਤਾ ਗਿਆ ਸੀ ਤੇ ਨਾ ਹੀ ਹਾਲੇ ਤੱਕ ਉਹ ਵਿਅਕਤੀ ਪੁਲਿਸ ਦੇ ਅੜਿੱਕੇ ਚੜੇ ਨੇ ਜਿਨ੍ਹਾਂ ਨੇ ਵਿਅਕਤੀ ਨੂੰ ਅਗਵਾ ਕੀਤਾ ਸੀ। ਇਹ ਮਾਮਲਾ ਜੀਰਾ ਤੋਂ ਸਾਹਮਣੇ ਆਇਆ ਹੈ। ਵੈਸੇ ਰਹਿਣ ਵਾਲੇ ਹੈਗੇ ਮੰਗੇ ਵਾਲਾ ਜ਼ਿਲ੍ਹਾ ਮੋਗਾ ਦੇ, ਇਹਨਾਂ ਦਾ ਇੱਕ ਭਾਈ ਸੀਗਾ ਮਨਜੀਤ ਸਿੰਘ, ਜੋ ਸੁਖਦੀਪ ਸਿੰਘ ਨਾਂ ਦੀ ਲੇਡੀ ਨਾਲ ਮੈਰਿਜ ਸੀਗਾ ਅਤੇ ਜਿਹੜੇ ਰਹਿੰਦੇ ਸੀਗੇ ਅਤੇ 6 ਤਰੀਕ ਨੂੰ ਇਹਦਾ ਭਾਈ ਸੀਗਾ ਮਨਜੀਤ ਸਿੰਘ, ਉਹ ਘਰੋਂ ਚਲਾ ਗਿਆ ਸੀਗਾ। ਇਹਨਾਂ ਨੇ ਹੁਣ ਸਾਡੇ ਕੋਲ ਕੱਲ੍ਹ ਬਿਆਨ ਦਿੱਤਾ ਸੀਗਾ ਗੁਰਸੇਵਕ ਸਿੰਘ ਨੇ ਵੀ ਉਹਦੇ ਭਰਜਾਈ ਦੇ ਕਿਸੇ ਬੰਦੇ ਨਾਲ ਰਿਲੇਸ਼ਨ ਸੀਗੇ ਪਿਛਲੇ ਕਾਫੀ ਸਮੇਂ ਤੋਂ, ਵੀ ਉਹਨੇ ਉਹਨੂੰ ਉਹ ਬੰਦਿਆਂ ਦੇ ਰਾਹੀਂ ਕਿਡਨੈਪ ਕਰਵਾ ਦਿੱਤਾ ਮਾਰਨੇ ਦੀ ਲਈ, ਜਿਸ ਸੰਬੰਧੀ ਅਸੀਂ ਪਤਾ ਨੰਬਰ 43 ਦਰਜ ਕੀਤਾ, ਜਿਹਦੇ ਤਹਿਤ ਇਸ ਲੇਡੀ ਦੀ ਜਿਹੜੀ ਆ ਗ੍ਰਿਫਤਾਰੀ ਹੋਈ ਹੈ। ਔਰ ਇਹ ਲੇਡੀ ਨੇ ਕੁਛ ਕਿਸਾਨ ਮੰਨਿਆ ਵੀ ਉਹਦੇ ਕਿਸੇ ਬੰਦੇ ਨਾਲ ਰਿਲੇਸ਼ਨ ਸੀਗੇ, ਜਿਹਦੇ ਤਹਿਤ ਚੱਲਦਿਆਂ ਆਪਦੇ ਘਰ ਵਾਲੇ ਨੂੰ ਉਹਨੇ ਡਿਸਪੋਜ ਕਰਵਾਉਣ ਲਈ ਆਪਦੇ ਜਿਹੜੇ ਪ੍ਰੇਮੀ ਦੇ ਨਾਲ ਸੰਪਰਕ ਕੀਤਾ, ਜਿਸ ਤਹਿਤ ਉਹਨੂੰ ਬੁਲਾ ਕੇ ਇਹਨੇ 6 ਤਰੀਕ ਨੂੰ ਅਤੇ ਉਹਨਾਂ ਦੇ ਨਾਲ ਬਾਕੀ ਅਜੇ ਤੱਕ ਉਸ ਬੰਦੇ ਦਾ ਸਾਨੂੰ ਜਿਹੜਾ ਘਰ ਵਾਲਾ ਸੀਗਾ ਲੇਡੀ ਦਾ ਅਜੇ ਤੱਕ ਉਹਦੀ ਲਾਸ਼ ਜਾਂ ਉਹਦੇ ਬਾਰੇ ਕੋਈ ਪਤਾ ਨਹੀਂ। ਲੇਡੀ ਦੀ ਜਿਹੜੀ ਸੀਗੀ ਮੇਨ ਉਹ ਜਿਹੜਾ ਮਨਜੀਤ ਸਿੰਘ ਜਿਹੜਾ ਕਿਡਨੈਪ ਹੋਇਆ ਉਹਦੇ ਘਰ ਵਾਲੇ ਦੀ ਸੁਖਦੀਪ ਕੌਰ ਦੀ ਜਿਹੜੀ ਗ੍ਰਿਫਤਾਰੀ ਹੋਈ ਉਹਦੇ ਤਫਤੀਸ਼ ਕੋਲ ਦੇ ਜਾਰੀ, ਇਸ ਕਰਕੇ ਅਸੀਂ ਆਪਣੇ ਡਿਸਪੋਜ਼ ਨਹੀਂ ਕਰ ਸਕਦੇ, ਬਾਕੀ ਸਾਰਾ ਸਾਨੂੰ ਪਤਾ ਲੱਗ ਚੁੱਕਾ ਜਲਦੀ ਵੇਖ ਕਰ ਭਰਾ ਬਾਰੇ ਅਸੀਂ ਤਫਤੀਸ਼ ਕਰ ਰਹੇ ਹਾਂ। ਕਹਿੰਦੇ ਨੇ ਇਸ਼ਕ ਅੰਨਾ ਹੁੰਦਾ, ਪਰ ਹੁਣ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਇਸ਼ਕ ਵਿੱਚ ਅੰਨੀ ਹੋਈ ਇੱਕ ਮਹਿਲਾ ਦੇ ਵੱਲੋਂ ਆਪਣੇ ਪ੍ਰੇਮੀ ਅਤੇ ਉਸਦੇ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਪਤੀ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਅਗਵਾ ਕੀਤਾ ਗਿਆ, ਪਰ ਹੁਣ ਦੋਸ਼ੀ ਮਹਿਲਾ ਪੁਲਿਸ ਦੇ ਅੜਿੱਕੇ ਚੜ ਗਈ ਹੈ ਅਤੇ ਮਹਿਲਾ ਨੇ ਕਬੂਲਿਆ ਕਿ ਉਸਦਾ ਪਤੀ ਉਸਦੇ ਪ੍ਰੇਮ ਪ੍ਰਸੰਗਾਂ ਦੇ ਵਿੱਚ ਰੋੜਾ ਬਣ ਰਿਹਾ ਸੀ, ਜਿਸ ਕਾਰਨ ਉਸਨੇ ਇਹ ਪਲਾਨ ਆਪਣੇ ਪ੍ਰੇਮੀ ਅਤੇ ਉਸਦੇ ਸਾਥੀਆਂ ਨਾਲ ਮਿਲ ਕੇ ਬਣਾਇਆ ਅਤੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਅਗਵਾ ਕਰਵਾਇਆ, ਜਿਸ ਤੋਂ ਬਾਅਦ ਉਸਨੂੰ ਜਾਨੋਂ ਮਾਰਨ ਦਾ ਪਲਾਨ ਸੀ ਅਤੇ ਜਿਵੇਂ ਹੀ ਇਸ ਸੰਬੰਧੀ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਪੁਲਿਸ ਵੱਲੋਂ ਤੁਰੰਤ ਹਰਕਤ ਦੇ ਵਿੱਚ ਆਉਂਦਿਆਂ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁਲਿਸ ਦੀ ਪੁੱਛਗਿੱਛ ਦੌਰਾਨ ਔਰਤ ਨੇ ਆਪਣਾ ਗੁਨਾਹ ਵੀ ਕਬੂਲਿਆ, ਪਰ ਪੁਲਿਸ ਨੂੰ ਹਾਲੇ ਤੱਕ ਨਾ ਤਾਂ ਉਸ ਵਿਅਕਤੀ ਦਾ ਪਤਾ ਲੱਗਿਆ ਜਿਸ ਨੂੰ ਅਗਵਾ ਕੀਤਾ ਗਿਆ ਸੀ ਤੇ ਨਾ ਹੀ ਹਾਲੇ ਤੱਕ ਉਹ ਵਿਅਕਤੀ ਪੁਲਿਸ ਦੇ ਅੜਿੱਕੇ ਚੜੇ ਨੇ ਜਿਨ੍ਹਾਂ ਨੇ ਵਿਅਕਤੀ ਨੂੰ ਅਗਵਾ ਕੀਤਾ ਸੀ। ਇਹ ਮਾਮਲਾ ਜੀਰਾ ਤੋਂ ਸਾਹਮਣੇ ਆਇਆ। ਵੈਸੇ ਰਹਿਣ ਵਾਲੇ ਹੈਗੇ ਮੰਗੇ ਵਾਲਾ ਜ਼ਿਲ੍ਹਾ ਮੋਗਾ ਦੇ, ਇਹਨਾਂ ਦਾ ਇੱਕ ਭਾਈ ਸੀਗਾ ਮਨਜੀਤ ਸਿੰਘ, ਜੋ ਸੁਖਦੀਪ ਸਿੰਘ ਨਾਂ ਦੀ ਲੇਡੀ ਨਾਲ
ਮੈਰਿਜ ਸੀਗਾ ਤੇ ਖਜੀਰੇ ਰਹਿੰਦੇ ਸੀਗੇ ਤੇ 6 ਤਰੀਕ ਨੂੰ ਇਹਦਾ ਭਾਈ ਸੀਗਾ ਮਨਜੀਤ ਸਿੰਘ ਉਹ ਘਰੋਂ ਚਲਾ ਗਿਆ ਸੀਗਾ। ਇਹਨਾਂ ਨੇ ਹੁਣ ਸਾਡੇ ਕੋਲ ਕੱਲ੍ਹ ਬਿਆਨ ਦਿੱਤਾ ਸੀਗਾ ਗੁਰਸੇਵ ਸਿੰਘ ਨੇ ਵੀ ਉਹਦੇ ਭਰਜਾਈ ਦੇ ਕਿਸੇ ਬੰਦੇ ਨਾਲ ਰਿਲੇਸ਼ਨ ਸੀਗੇ ਪਿਛਲੇ ਕਾਫੀ ਸਮੇਂ ਤੋਂ ਵੀ ਉਹਨੇ ਉਹਨੂੰ ਉਹ ਬੰਦਿਆਂ ਦੇ ਰਾਹੀਂ ਕਿਡਨੈਪ ਕਰਵਾ ਦਿੱਤਾ ਮਾਰਨੇ ਦੀ ਜਿਸ ਸੰਬੰਧੀ ਅਸੀਂ ਪਤਾ ਨੰਬਰ 43 ਦਾ 64-120 ਸਿੱਖੀ ਦਾ ਦਰਜ ਕੀਤਾ ਜਿਹਦੇ ਤਹਿਤ ਇਸ ਲੇਡੀ ਦੀ ਜਿਹੜੀ ਆ ਗ੍ਰਿਫਤਾਰੀ ਹੋਈ ਹੈ। ਔਰ ਇਹ ਲੇਡੀ ਨੇ ਪੁੱਛਗਿੱਛ ਮੰਨਿਆ ਵੀ ਉਹਦੇ ਕਿਸੇ ਬੰਦੇ ਨਾਲ ਰਿਲੇਸ਼ਨ ਸੀਗੇ ਜਿਹਦੇ ਤਹਿਤ ਚੱਲਦਿਆਂ ਆਪਦੇ ਘਰ ਵਾਲੇ ਨੂੰ ਉਹਨੇ ਡਿਸਪੋਜ ਕਰਵਾਉਣ ਲਈ ਆਪਦੇ ਜਿਹੜੇ ਪ੍ਰੇਮੀ ਦੇ ਨਾਲ ਸੰਪਰਕ ਕੀਤਾ ਜਿਸ ਤਹਿਤ ਉਹਨੂੰ ਬੁਲਾ ਕੇ ਇਹਨੇ 6 ਤਰੀਕ ਨੂੰ ਅਤੇ ਉਹਨਾਂ ਦੇ ਨਾਲ ਬਾਕੀ ਅਜੇ ਤੱਕ ਉਸ ਬੰਦੇ ਦਾ ਸਾਨੂੰ ਜਿਹੜਾ ਘਰ ਵਾਲਾ ਸੀਗਾ ਲੇਡੀ ਦਾ ਅਜੇ ਤੱਕ ਉਹਦੀ ਲਾਸ਼ ਜਾਂ ਉਹਦੇ ਬਾਰੇ ਕੋਈ ਪਤਾ ਨਹੀਂ। ਲੇਡੀ ਦੀ ਜਿਹੜੀ ਸੀਗੀ ਮੇਨ ਜਿਹੜਾ ਮਨਜੀਤ ਸਿੰਘ ਜਿਹੜਾ ਕਿਡਨੈਪ ਹੋਇਆ ਉਹਦੀ ਘਰ ਵਾਲੀ ਦੀ ਸੁਖਦੀਪ ਕੌਰ ਦੀ ਜਿਹੜੀ ਗ੍ਰਿਫਤਾਰੀ ਹੋਈ ਤਫਤੀਸ਼ ਕਿਉਂਕਿ ਉਹਦੇ ਜਾਰੀ ਇਸ ਕਰਕੇ ਅਸੀਂ ਆਪਣੇ ਡਿਸਕਲੋਜ਼ ਨਹੀਂ ਕਰ ਸਕਦੇ ਬਾਕੀ ਸਾਰਾ ਸਾਨੂੰ ਪਤਾ ਲੱਗ ਚੁੱਕਾ ਭਰਾ ਬਾਰੇ ਅਸੀਂ ਤਫਤੀਸ਼ ਕਰ ਰਹੇ ਹਾਂ।